बीते दिनी कश्मीर तो सेब लोड करके पंजाब आ रहे ट्रक दे फतेहगढ़ साहिब नेड़े हादसे दा शिकार होने तो बाद लोकां वल्लों ट्रक विचले सेबां दी चोरी करन दा वीडियो अते फोटोआं सोशल मीडिया ते वायरल होने तो बाद जिथे इस घटिया काम नूं अंजाम देण वाले लोकां दी जगह जगह किरकिरी हो रही है, उत्थे ही गुरुआं पीरां दी धरती पंजाब दा नाम खराब होने तो चिंतित दो व्यक्तियां वल्लों सेबां दे मालक नूं उसदी बणदी रकम दी निजी तौर ते अदायगी करके दरिया दिली दा सबूत दित्ता गया है। उत्थे ही आम लोग इन्हां कथित सेब चोरां नूं लांता पाउण दा हर हिला अपना रहे हन। श्री मुक्तसर साहिब तो अज दी आवाज़ लई विकृत बावा दी रिपोर्ट। हाँ जी भाई जी, अज सेब चौंक दे विच रख के लांती वार दे रहे हो, की किसम दे रहे हो इह? देखो जी, साडे पंजाब गुरुआं पीरां दी धरती जिथे समय समय ते असीं बहुत वड्डे वड्डे लंगर लाउने आ, अज उपजामा तक दे लंगर लगदे आ। पिछले दिनां दे विच गरीब ट्रक ड्राइवर जो दिहाड़ी विचला ਕਿਉਂਕਿ ਟਰੱਕ ਡਰਾਈਵਰ ਮਜ਼ਦੂਰੀ ਹੁੰਦਾ, ਉਹਦੀ ਗੱਡੀ ਜੋ ਪੰਜਾਬ ਵਿੱਚ ਲੁੱਟੀ ਗਈ ਆ ਬਹੁਜਨ ਸੁਰੱਖਿਆ ਦਲ ਪੰਜਾਬ ਵੱਲੋਂ, ਅਸੀਂ ਉਹਨਾਂ ਸੇਬ ਚੋਰਾਂ ਨੂੰ ਲਾਹਨਤਾਂ ਪਾਉਣ ਵਾਸਤੇ, ਕਿਉਂਕਿ ਪੂਰੇ ਪੰਜਾਬੀ ਲੋਕ ਆ ਬੜੇ ਮਾਨਵਤਾਵਾਦੀ ਆ, ਪਰ ਕੁਝ ਲੋਕਾਂ ਨੇ ਪੰਜਾਬ ਦੇ ਮੱਥੇ 'ਤੇ ਇੱਕ ਧੱਬਾ ਲਵਾਇਆ। ਉਸ ਧੱਬੇ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਧੋਤਾ ਜਾਵੇ ਧੱਬਾ, ਕਿਉਂਕਿ ਇਸ ਤਰ੍ਹਾਂ ਦੇ ਇੱਕ ਡਰਾਮਾ ਪਹਿਲੀ ਵਾਰੀ ਸਾਨੂੰ ਦੇਖਣ ਨੂੰ ਮਿਲੀ ਹੈ ਕਿ ਇੱਕ ਟਰੱਕ ਪਲਟ ਜਾਂਦਾ, ਉਹਦੇ ਵਿੱਚ ਚੰਗੇ ਚੰਗੇ ਲੋਕ ਚੰਗੀਆਂ ਗੱਡੀਆਂ ਦੇ ਮਾਲਕ ਉਹ ਸੇਬਾਂ ਦੀਆਂ ਟੋਕਰੀਆਂ ਲੈ ਕੇ ਜਾ ਰਹੇ ਆ। ਅੱਜ ਗਿੱਦੜਵਾਹ ਦੇ ਵਿੱਚ ਅਸੀਂ ਸੁੰਨੀ ਢੱਲਾ ਜੀ, ਹੈਪੀ ਢੱਲਾ ਜੀ, ਰਮੇਸ਼ ਕੁਮਾਰ ਜੀ, ਭੁਪਿੰਦਰ ਜੀ, ਆਪਣੇ ਵੀਰ ਜੀ ਸਾਰੇ, ਅਸੀਂ ਹਰੀ ਸਿੰਘ ਜੀ, ਸੰਤ ਲਾਲ ਜੀ, ਸਾਰਿਆਂ ਮਿਲ ਕੇ ਇਹ ਉਪਰਾਲਾ ਕੀਤਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ, ਅਤੇ ਇੱਕ ਸੇਧ ਦੇਣ ਦੀ ਕੋਸ਼ਿਸ਼ ਕੀਤੀ ਸਮਾਜ ਨੂੰ ਕਿ ਇਸ ਤਰ੍ਹਾਂ ਦੀ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਪੰਜਾਬ ਦੇ ਵਿੱਚ। ਜਿਵੇਂ ਅਵਾਰਡ ਰੱਖਿਆ ਜੀ, ਹਜੇ ਤੱਕ ਉਹ ਉਹਨਾਂ ਦੀ ਆਈਡੈਂਟੀਫਾਈ ਤਾਂ ਪੁਲਿਸ ਭਾਲ ਰਹੀ ਹੈ ਉਹਨਾਂ ਨੂੰ ਜੀ ਜੀ, ਇਹ ਅਵਾਰਡ ਫਿਰ ਕਿਵੇਂ ਦਿਓਗੇ ਉਹਨਾਂ ਤੁਸੀਂ? ਦੇਖੋ ਜੀ, ਜਿਸ ਤਰ੍ਹਾਂ ਅਸੀਂ ਇਹਦੇ ਹੁਣ ਦੇਖ ਰਹੇ ਹਾਂ ਸੋਸ਼ਲ ਮੀਡੀਆ 'ਤੇ, ਕੁਝ ਲੋਕਾਂ ਨੇ ਉਸ ਜੋ ਟਰੱਕ ਡਰਾਈਵਰ ਦੀ ਉਹਦੀ ਗੱਡੀ ਦੀ ਭਰਪਾਈ ਦੀ ਕੋਸ਼ਿਸ਼ ਵੀ ਕੀਤੀ। ਉਹਨਾਂ ਨੇ ਕਿਹਾ ਜੋ ਵੀ ਹੋਇਆ ਨੁਕਸਾਨ, ਉਹ ਅਸੀਂ ਦੋ ਭਰਾ ਸਾਡੇ, ਮੇਰੇ ਨਾਂ ਨਹੀਂ ਮੈਨੂੰ ਯਾਦ, ਉਹਨਾਂ ਨੇ ਕਿਹਾ ਵੀ ਅਸੀਂ, ਕਿਉਂਕਿ ਪੰਜਾਬ ਦੇ ਚੰਗੇ ਲੋਕ ਵੀ ਬਹੁਤ ਆ, ਜਿਨ੍ਹਾਂ ਨੇ ਕਿਹਾ ਜਿੰਨਾ ਨੁਕਸਾਨ ਹੋਇਆ ਅਸੀਂ ਭਰਪਾਈ ਕਰਾਂਗੇ। ਪਰ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਆਹ ਗੱਡੀ ਵਾਲੇ ਨੂੰ ਮੈਂ ਜ਼ਰੂਰ ਅਸੀਂ ਅਵਾਰਡ ਪਹੁੰਚਾਵਾਂਗੇ, ਤਾਂ ਚੈੱਕ ਕਰਕੇ ਜੇ ਐਡੀ, ਵਰਨਾ ਗੱਡੀ ਦਾ ਮਾਲਕ ਇਹ ਸੇਬਾਂ ਦੀਆਂ ਮਤਲਬ ਭਰ ਕੇ ਲੈ ਗਿਆ, ਉਹ ਗਰੀਬ ਗੁਰਬਾ ਚੱਕਦਾ ਤਾਂ ਅਸੀਂ ਸੋਚ ਸਕਦੇ ਹਾਂ, ਪਰ ਜਿਹੜੇ ਗੱਡੀਆਂ ਦੇ ਮਾਲਕ ਦੇ ਚੱਕ ਕੇ ਲੈ ਕੇ ਸੇਬ, ਆਹ ਗੱਡੀ ਵਾਲੇ ਨੂੰ ਤਾਂ ਜ਼ਰੂਰ ਅਸੀਂ ਪਹੁੰਚਾਵਾਂਗੇ ਅਵਾਰਡ। ਸੋਨੀ ਜੀ, ਕੀ ਕਹਿਣਾ ਚਾਹੋਗੇ ਜਿਹੜੇ ਅੱਜ ਸੇਬ ਰੱਖੇ ਆ ਚੌਂਕ ਦੇ ਵਿੱਚ? ਬੜੇ ਦੁਖੀ ਮਨ ਨਾਲ ਜਿਹੜਾ ਇੱਕ ਲਾਂਤੀ ਵਾਰਡ ਬਣਾਇਆ, ਜਿਹੜਾ ਇਹ ਲਾਂਤੀ ਵਾਰਡ ਜਿਹੜਾ ਬਣਾਇਆ ਗਿੱਦੜਵਾਹ ਵਾਸੀਆਂ ਵੱਲੋਂ ਬਣਾਇਆ ਗਿਆ, ਜੋ ਸੂਝਵਾਨ ਲੋਕ ਨੇ, ਜੋ ਇਨਸਾਫ ਪਸੰਦ ਲੋਕ ਨੇ, ਜੋ ਬਾਬੇ ਨਾਨਕ ਜਿਹੜਾ ਸਾਡਾ ਬਾਬਾ ਨਾਨਕ ਹੈਗਾ, ਜਿਹੜੇ ਉਹਨਾਂ ਨੇ ਦੱਸੇ ਰਾਹ 'ਤੇ ਚੱਲਣ ਵਾਲੇ ਲੋਕ ਨੇ, ਉਹਨਾਂ ਵੱਲੋਂ ਇੱਕ ਲਾਂਤੀ ਵਾਰਡ ਜਿਹੜਾ ਉਹਨਾਂ ਬੰਦੇ ਨੂੰ ਦੇਣ ਵਾਸਤੇ ਬਣਾਇਆ, ਅਤੇ ਇੱਕ ਸੇਬਾਂ ਦਾ ਲੰਗਰ ਲਾਇਆ। ਤੁਸੀਂ ਗਰੀਬ ਟਰੱਕ ਵਾਲੇ ਜਿਹੜਾ ਕਿ ਪਿਛਲੇ ਦਿਨੀ ਇੱਕ ਟਰੱਕ ਪਲਟਿਆ ਸੀ ਸੋਸ਼ਲ ਮੀਡੀਆ 'ਤੇ, ਉਹਦੀ ਵੀਡੀਓ ਵਾਇਰਲ ਹੋਈ ਸੀ, ਉਹਦੇ ਟਰੱਕ ਦੇ ਵਿੱਚੋਂ 1260 ਦੇ ਕਰੀਬ 1260 ਦੇ ਕਰੀਬ ਜਿਹੜੀਆਂ ਪੇਟੀਆਂ ਜਿਹੜੀਆਂ ਚੋਰੀ ਕਰਕੇ ਉੱਥੋਂ ਦੇ ਵਸਨੀਕ ਲੈ ਗਏ ਸੀ, ਉਹਨਾਂ ਨੂੰ ਲਾਂਤੀ ਵਾਰ ਦਿੱਤਾ ਹੈ। ਅਤੇ ਉਹਨਾਂ ਨੂੰ ਅਸੀਂ ਇਹ ਵੀ ਕਹਿੰਦੇ ਹਾਂ ਵੀ ਤੁਸੀਂ ਸੇਬ ਸਾਥੋਂ ਲੈ ਜਾਓ, ਤੁਹਾਡੇ ਕੋਈ ਪੈਸਾ ਨਹੀਂ ਲਿਆ ਜਾਊਗਾ, ਤੁਹਾਡੇ 'ਤੇ ਕੋਈ ਚੋਰੀ ਦਾ ਪਰਚਾ ਦਰਜ ਨਹੀਂ ਕਰਾਇਆ ਜਾਊਗਾ, ਤੁਹਾਡੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ। ਸਾਡਾ ਮਨ ਬੜਾ ਹੀ ਦੁਖੀ ਹੈ ਇਸ ਘਟਨਾ ਕਰਕੇ, ਕਿਉਂਕਿ ਜਿਹੜੇ ਬਾਬੇ ਨਾਨਕ ਨੇ ਇੱਕ ਲੰਗਰ ਚਲਾਇਆ ਸੀ, 20 ਰੁਪਏ ਦਾ ਲੰਗਰ ਚਲਾਇਆ ਸੀ, ਉਹ ਲੰਗਰ ਪ੍ਰਥਾ ਜਿਹੜਾ ਪੰਜਾਬ, ਜਿਹੜੇ ਪੰਜਾਬ ਵਾਸੀ ਹੈ, ਜਿਹੜੇ ਪੰਜਾਬੀ ਲੋਕ ਹੈ, ਅੱਜ ਵੀ ਲੰਗਰ ਪ੍ਰਥਾ ਉਹ ਚੱਲਦੀ ਆ ਰਹੀ ਹੈ। ਉਹਨਾਂ ਨੇ, ਇਹਨਾਂ ਲੋਕਾਂ ਨੇ ਸਾਡੇ ਜਿਹੜੇ ਮਨਾਂ ਨੂੰ ਇੰਨੀ ਠੇਸ ਪਹੁੰਚਾਈ ਹੈ, ਸਾਡੇ ਹਿਰਦੇ ਜਿਹੜੇ ਵਰੂੰਦਰੇ ਗਏ ਇਸ ਨਾਲ, ਵੀ ਸਾਡੇ ਪੰਜਾਬੀ ਨਹੀਂ ਹੋ ਸਕਦੇ ਇਹ। ਜੇਕਰ ਇਹਨਾਂ ਦਾ DNA ਟੈਸਟ ਕੀਤਾ ਜਾਵੇ ਤਾਂ ਇਹ ਪੰਜਾਬੀ ਕਦੇ ਵੀ ਨਹੀਂ ਹੋ ਸਕਦੇਗੇ, ਕਿਉਂਕਿ ਪੰਜਾਬ ਜਿਹੜੇ ਪੰਜਾਬੀ ਹੈ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਦਰਦ ਰਹਿੰਦਾ ਹੈ। ਜੇਕਰ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਆਪਣੇ ਪੱਲਿਓਂ 4 ਰੁਪਏ ਲਾ ਕੇ ਉਹਦਾ ਜਿਹੜਾ ਦਰਦ ਜਿਹੜਾ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੈ। ਇੱਕ ਸਾਡਾ ਛੋਟਾ ਜਿਹਾ ਉਪਰਾਲਾ ਹੈ ਅਤੇ ਅਸੀਂ ਲਾਂਤੀ ਅਵਾਰਡ ਉਸ ਤੱਕ ਜ਼ਰੂਰ ਪਹੁੰਚਾਵਾਂਗੇ ਜਿਨ੍ਹਾਂ ਬੰਦੇ ਨੇ ਇਹ ਕਾਨੂੰਨੀ ਜਿਹੜੀ ਹਰਕਤ ਕੀਤੀ ਹੈ। ਸੋਸ਼ਲ ਮੀਡੀਆ 'ਤੇ ਉਹਨਾਂ ਦੀਆਂ ਫੋਟੋਆਂ ਵਾਇਰਲ ਹੋਈਆਂ, ਗੱਡੀ ਦੀਆਂ ਫੋਟੋਆਂ ਵਾਇਰਲ ਹੋਈਆਂ, ਉਹਨਾਂ ਨੂੰ ਚੱਕਦੇ ਦੀਆਂ ਫੋਟੋਆਂ ਵਾਇਰਲ ਹੋਈਆਂ, ਅਤੇ ਅਸੀਂ ਉਹਨਾਂ ਨੂੰ ਵੀ ਲੱਖ ਲੱਖ ਪਟਲਾਂਤਾ ਪਾਉਣੇ ਆ। ਲਾਂਤੀ ਵਾਰਡ ਜਿਹੜਾ ਉਹਨਾਂ ਨੂੰ, ਜਿਹੜਾ ਆਹ ਲਾਂਤੀ ਵਾਰਡ ਹੈ, ਉਹਨਾਂ ਤੱਕ ਪਹੁੰਚਦਾ ਜ਼ਰੂਰ ਕਰਾਂਗੇ।